ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਮੈਂ ਇੱਕ ਨਵੀਂ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਇਹ 1 ਕਿੱਲੋ ਆਟਾ ਲਿਆ ਮੈਂ, ਇਹਦੇ ਵਿੱਚ ਪਿਆਜ਼ ਮਿਕਸ ਕੀਤੇ ਨੇ, ਥੋੜ੍ਹੀ ਜਿਹੀ ਮਲਾਈ ਪਈ ਸੋਈ ਪਾ ਲਈ ਹੈ, ਹਰੀਆਂ ਮਿਰਚਾਂ ਮੈਂ ਮਿਕਸੀ 'ਚ ਬਰੀਕ ਕਰ ਲਵਾਂਗੀ, ਅਤੇ ਦਾਲ ਹੈ ਮਾਂ ਦੀ, ਇਹਨੂੰ ਵੀ ਮੈਂ ਵਿੱਚ ਮਿਕਸ ਕਰਾਂਗੀ। ਬਹੁਤ ਹੀ ਟੇਸਟੀ ਮਿਸ ਆਟਾ ਗੁੰਨਾਂਗੇ, ਬਹੁਤ ਵਧੀਆ ਟੇਸਟੀ ਮੁਲਾਇਮ ਮੁਲਾਇਮ ਰੋਟੀਆਂ ਬਣਦੀਆਂ ਨੇ। ਇਹਨੂੰ ਅਸੀਂ ਪੀਸ ਲਵਾਂਗੇ। ਦੇਖੋ ਮਿਕਸੀ 'ਚ ਪੀਸ ਲਿਆ ਮੈਂ ਹਰੀਆਂ ਮਿਰਚਾਂ ਨੂੰ, ਅਤੇ ਇਹ ਅਜਵੈਨ ਦਾ ਪਾਊਡਰ ਹੈ, ਨਾਲ ਕਾਲੀ ਮਿਰਚ ਅਤੇ ਕਾਲਾ ਲੂਣ ਪਾਇਆ ਹੋਇਆ। ਇਹਦੇ ਨਾਲ ਸਾਡੇ ਪੇਟ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਅਗਰ ਅਸੀਂ ਮਾਂ ਦੀ ਦਾਲ ਵੀ ਵਿੱਚ ਮਿਕਸ ਕਰ ਰਹੇ ਹਾਂ, ਤਾਂ ਇਹ ਗੈਸ ਨਹੀਂ ਬਣੇਗੀ। 2 ਚਮਚ ਮੈਂ ਲੂਣ ਦੇ ਪਾ ਰਹੀ ਹਾਂ ਇਹਦੇ ਵਿੱਚ, 1/2 ਚਮਚ ਮੈਂ ਹਲਦੀ ਦਾ ਪਾ ਲਵਾਂਗੀ। ਉਹਦੇ ਨਾਲ ਰੋਟੀਆਂ ਦਾ ਕਲਰ ਬਹੁਤ ਸੋਹਣਾ ਆਉਂਦਾ ਹੈ। ਮਿੱਸੀ ਰੋਟੀਆਂ ਜ਼ਿਆਦਾਤਰ ਅਚਾਰ ਨਾਲ ਅਤੇ ਲੱਸੀ ਨਾਲ ਖਾਓ ਤਾਂ ਜ਼ਿਆਦਾ ਸਵਾਦ ਲੱਗਦੀਆਂ ਨੇ, ਅਤੇ ਨਹੀਂ ਤਾਂ ਤੁਸੀਂ ਅਚਾਰ ਨਾਲ ਅਤੇ ਚਾਹ ਨਾਲ ਖਾ ਸਕਦੇ ਹੋ, ਦਹੀਂ ਨਾਲ ਖਾ ਸਕਦੇ ਹੋ। ਇਹ ਦੇਖੋ ਮੈਂ ਆਟਾ ਗੁੰਨ ਲਿਆ ਅਤੇ ਆਹ ਰੋਟੀ ਬਣ ਗਈ ਹੈ। ਬਹੁਤ ਹੀ ਸੌਫਟ ਨਰਮ ਰੋਟੀ ਬਣਦੀ ਹੈ ਇਹ ਮਿੱਸੇ ਆਟੇ ਦੀ, ਮੈਨੂੰ ਬਹੁਤ ਪਸੰਦ ਹੈ। ਮੇਰੇ ਬੱਚਿਆਂ ਨੂੰ ਜਦੋਂ ਕੁਛ ਮਨ ਕਰਦਾ ਖਾਣ ਨੂੰ, ਤਾਂ ਮੈਂ ਇਹੀ ਮਿੱਸੀ ਰੋਟੀ ਤਿਆਰ ਕਰਕੇ ਉਹਨਾਂ ਨੂੰ ਚਾਹ ਨਾਲ ਜਾਂ ਦਹੀਂ ਨਾਲ ਖਵਾ ਦਿੰਦੀ ਹਾਂ। ਅਤੇ ਜਦੋਂ ਵੀ ਭੁੱਖ ਲੱਗੇ ਇਸ ਨੂੰ ਜ਼ਰੂਰ ਬਣਾ ਕੇ ਖਾਓ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰ ਦਿਓ। ਮਿਲਦੇ ਹਾਂ ਅਗਲੀ ਰੈਸਿਪੀ 'ਤੇ। ਓਕੇ, ਬਾਏ ਦੋਸਤੋ, ਸਤਿ ਸ਼੍ਰੀ ਅਕਾਲ।